वाहेगुरु जी का खालसा वाहेगुरु जी की फतेह जी। स्वागत है तुहाडा इस नवीं वीडियो विच। आस करदा तुसीं सारे चढ़दी कला विच होवोगे, तंदुरुस्त होवोगे जी। आ मिन्नी बैठा है जी। बाय मेरे मिन्नू। ते मिन्नी जा रहा है जी अज। सीट पिछे नहीं होनी, पिछली भी फोल्ड की। कोई नहीं, बह जाने भाई। ये जा रहे जी अज मिन्नी उन्नी दवाई लैन डॉक्टर दी। आ देखो तुसी इहनू स्किन प्रॉब्लम हुई हुई है बहुत ज़्यादा। आ कन्ना पिछे भी बाल खराब हो गए। आ देखो ये आ नहीं ठीक हो रहा। सो ये डरिया हुआ जी गड्डी दे विच बहुत देर बाद बैठा। एक इहदे आ देखो स्किन कितनी खराब हो गई है। सो इहनू आपां लै के जा रहे हैं जी डॉक्टर दे। लो जी घर तों निकल पए आ। ते मिन्नी ने देखो तुसी अजे बैठे नहीं हैगे, बेचारा डर के खड़ा आ। इहनू इह स्किन प्रॉब्लम बहुत चिर तों हो रही आ। ते हुण मैं जिहड़े घर इहदे इलाज कर सकदा सीगा मैं करके सारे देख चुका आ। ते हुण इक वार मैं कहा डॉक्टर नूं दिखा लईए। वैसे तां हुण इक इदां हैगा आ वी जिद्दां श्रेडिंग हो के ना द्वार दी बाल आऊगे, बट इहदे नक उत्ते फिर भी आ देखो तुसी गंदा जिहा होइआ पिआ। जिद्दां हजे परसों नूं आया सीगा इहनूं, पर शैंपू नाल वी कोई खास असर नहीं होइआ। सो इस करके मैं सवेरे सवेरे पहला बाकी काम करने तो पहले ही सोचा कि इनू आप डॉक्टर दे लेके जाइए। जिहड़ा रस्ता अपने पिंड तो गढ़ शंकर का वध तो वध 15 या 20 मिनट का आ। रोड खराब होने करके मैनू लगता कि 1.5 घंटा लग जाए। बहुत ही ज्यादा खराब, पूरा धुर तक खराब है। ਇੱਧਰ ਮਿੰਨੀ ਹੁਣੀ ਵਿਚਾਰੇ ਰੈਸਟ ਮੋਡ ਤੇ ਲੱਗੇ ਹੋਏ ਆ। ਮਿੰਨੀ ਰਸਤਾ ਖਰਾਬ ਆ ਪੁੱਤ, ਗੱਡੀ ਹਿਲਦੀ ਆ। 15 ਮਿੰਟ ਤੋਂ ਗੱਡੀ ਇਸ ਸਪੀਡ ਤੇ ਚੱਲ ਰਹੀ ਆ, 10 ਦੀ ਸਪੀਡ ਤੇ। ਆ ਦੇਖੋ ਪੁੱਤ ਬਹਿ ਜਾ, ਬਹਿ ਜਾ। लो जी ये भी काम हो गया। आ देखो ये इंजेक्शन लगे, इतने ब्लड आ गया। कोई नहीं पुत घर जाके तेन चीजी पानी है, चीजी पावे। ओके जो डॉक्टर साहब वो भी इन्हू देख के खुश हो गए। कहते भोलू जिहा, कहते भोलू जिहा कि सोहना है, भोलू जिहा कि सोहना है। कोई क्रिटिकल नहीं हैगा काम। उन्होंने इंजैक्शन लाया 2-3, तो एक 2 चीज़ा रिकमेंड कीतिया आ। कहते वो दवो जे उहदे नाल फर्क ना पिया फिर देखते हैं। कहते बाकी अगे भी फिलहाल तो यह ठीक लग रहा, सब कुछ ओके आ। तो एक खाण की प्रॉब्लम सी, 2-3 दिन तो यह खा भी नहीं रहा है ना। खाता क्यों नहीं सी मैंने दस पहले, कौन नहीं खाता। लो जी प्रशादा छक लिया। प्रशादे तो बाद की है चूरी। चूरी ਤੁਸੀਂ ਚੋਰੀ ਕਹਿੰਦੇ ਨੂੰ ਪਤਾ ਜੀ? ਅਸੀਂ ਕੀ ਕਹਿੰਦੇ? ਕੁੱਦੂ ਕੁੱਦੂ ਵੈਜੀਟੇਬਲ ਵਿੱਚ ਪਈ ਆ। ਕਹਿੰਦੀ ਚੋਰੀ ਆ ਓਏ ਜੀ। ਭਾਬੀ ਜੀ ਵਿੱਚ ਪਿਤਾ ਜੀ ਨੂੰ ਦੇ ਗਿਆ ਮਿੱਠਾ ਠੀਕ ਹੈ ਲੂਣਾ। ਪਿਤਾ ਜੀ ਨੂੰ ਦੇ ਗਿਆ ਕੁੱਦੂ ਦਾ। ਇਹ ਹੈਗਾ ਜੀ, ਨਹੀਂ ਇਹ ਹੈਗਾ ਮੱਕੀ ਦੀ ਰੋਟੀ, ਸ਼ੱਕਰ ਤੇ ਕੇ ਹਨਾ, ਇਹ ਹੀ ਚੀਜ਼ਾਂ ਕਿ ਹੋਰ ਵੀ ਕੁਝ ਪਾਇਆ। पखंड चलता देखो, इन 1.5 घंटा हो गया रोटी खाने धक्का ला ला के। मिन्नी 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 ਲੈਂਦਾ। ਚਲੋ ਜੀ ਇਹਨੂੰ ਖੋਲੋ। ਹੁਣ ਆਪਾਂ ਮਿੰਨੀ ਨੂੰ ਆਹ ਸਟਾਰਟ ਕਰਨ ਲੱਗੇ ਹਾਂ। ਪਹਿਲਾਂ ਇੱਕ ਦੇ ਚੁੱਕੇ, ਇਹਦੇ ਵਿੱਚ ਬੰਦ ਕਰ ਦਿੱਤਾ ਸੀਗਾ ਬੰਦ, ਅਤੇ ਮੇ ਵੀ ਹੋ ਸਕਦਾ ਇਹਨੂੰ ਰਲਾਓ ਪਹਿਲਾਂ, ਹੋ ਸਕਦਾ ਵੀ ਇਹ ਨਾ ਦੇਣ ਕਰਕੇ ਖਰਾਬ ਹੋ ਗਿਆ ਹੋਵੇ। ਚੰਗੀ ਤਰ੍ਹਾਂ ਅਤੇ ਉਹਦੇ ਵਿੱਚੋਂ ਕੱਢੋ ਅਤੇ ਆਹ ਸਰਿੰਜ ਆ, ਹੁਣ ਇਹਦੇ ਨਾਲ ਇਹ ਦਿੱਤਾ ਜਾਊਗਾ ਟੋਨਿਕ 50 60 ml ਦੀ ਹੈ।
ਤੇ ਇਹ ਸਟਾਰਟ ਕਰਦੇ ਹਾਂ। ਇਹਦੇ ਵਿੱਚ ਹੈਗਾ ਓਮੇਗਾ 3 ਓਮੇਗਾ 6 ਸਾਰਾ ਕੁਝ ਪਾਇਆ ਹੋਇਆ ਜਿਹੜੀ ਇਹਦੇ ਕੋਟ ਨੂੰ ਸਹੀ ਕਰੂਗੀ। ਇੱਥੇ ਲਿਖਿਆ ਹੋਣਾ ਪੜ੍ਹ ਲਿਓ ਤੁਸੀਂ ਅਤੇ ਮੇਡ ਇਨ USA ਆ ਇਹ। ਅਤੇ ਇਹ ਸਟਾਰਟ ਕਰਦੇ ਹਾਂ ਜੀ। ਨਵੀਂ ਖੋਲ੍ਹੀ ਆ ਪੈਕਿੰਗ ਦੇ ਵਿੱਚ ਮਾਮਾ ਜੀ ਨੇ ਭੇਜੀ ਸੀ ਅਮਰੀਕਾ ਤੋਂ ਇਹ। ਹੁਣ ਮੰਮੀ ਦੇ ਦੁਆਲੇ ਹੋਇਆ ਆ ਬੋਲੇ ਤਾਂ ਸਾਰੇ ਲਿਬੜੇ ਹੋ ਆ। ਆਹ ਦੇਖ ਲਓ ਹੁਣ ਮੰਮੀ ਦੇ ਕੱਪੜੇ ਲਵੇੜੂ। ਮੈਂ ਕੱਪੜੇ ਨਹੀਂ ਲਵੇਣ ਦੇਣੇ ਤੈਨੂੰ ਕਾਕਾ, ਕੱਪੜੇ ਨਹੀਂ ਲਵੇਣ ਦੇਣੇ, ਹੱਥ ਪਾਉਣਾ ਲਿਬੜ ਜਾ ਵਧੀਆ। ਪਿੰਪਲ ਕਿੰਨੇ ਹੋਏ ਹੋਏ ਪੱਟਾਂ ਤੇ, ਉਹ ਦਿੱਤੀ ਇਹਨੂੰ ਸਾਰੀ ਦਿੱਤੀ ਸਾਰੀ ਦਿੱਤੀ ਆ ਦੇਖੋ ਖੁੱਲਾ ਬੈਂਕ ਕਿਤੇ ਲੰਚ ਟਾਈਮ ਨਾ ਹੋ ਗਿਆ ਹੋਵੇ। ਅਰੇ ਮਾਇਆ ਲੈਣੀ ਆ ਮਾਇਆ ਚਲੋ ਜੀ ਆ ਜਾਓ ਬੈਂਕ ਦਾ ਕੰਮ ਨਿਬੇੜੀਏ। ਸਾਰਾ ਟੱਬਰੇ ਬੈਂਕ 'ਚ ਲਿਆ ਅੱਜ ਬੈਂਕ ਦੇ ਵਿੱਚ ਹੋਇਆ ਲੰਚ ਟਾਈਮ ਅਤੇ ਇੱਧਰ ਭਾਈ ਸਾਹਮਣੇ ਲੋਲੀਪੋਪ ਦਾ ਆਨੰਦ ਲੈ ਦੇ 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 ਮੈਨੂੰ ਲੋਲੀਪੋਪ ਦੇ ਦੇ ਦਿੰਦਾ ਕਿ ਨਹੀਂ ਦਿੰਦਾ ਮੈਂ ਕੁੱਟਣਾ ਪਿਆ ਫੜ ਕੇ ਉਹ ਪੁਲਿਸ ਮੈਨ ਆ ਉੱਧਰ ਦੱਸ ਦੇ ਕਹਿੰਦੇ ਦੇਣਾ ਸਿੱਧੀ ਗੱਲ ਆ ਇੱਕ ਵਾਰ ਸਿੱਧੀ ਮੈਂ ਪੰਜਾਬੀ ਦੀ ਗੱਲ ਕਹਿੰਦਾ ਦੇ ਦੇ ਚੱਲ ਚੱਲ ਨਹੀਂ ਤਾਂ ਮੈਂ ਲੈ ਲੈਣਾ ਉਹ ਹਵਾ ਲੱਗ ਗਏ ਠੰਡਾ ਹੋ ਜਾਣਾ ਉਹ ਲੈ ਲੈ ਦੂਜੇ ਬਸ ਦੇ ਕੱਢ ਬਾਹਰ ਦੇ ਦੇ ਲੋਲੀਪੋਪ ਦੇ ਲੋਲੀਪੋਪ ਉਹ ਪਿੱਛੇ ਇੱਕ ਸ਼ਿਕਾਰੀ ਪਿੱਛੇ ਖੜਾ ਲੈ ਗਿਆ ਲੈ ਗਿਆ ਲੈ ਗਿਆ ਲੈ ਕੇ ਜਾਓ ਆਪਣੇ ਮੁੰਡੇ ਨਾਲ ਗੱਡੀ ਚਾਬੀ ਇੱਕ ਪਿੱਛੇ ਆ ਨਾਲ ਲੈ ਜਾਓ ਜਾਂ ਨਾਲ ਚੱਲ ਜਾ ਮੰਮੀ ਦੇ ਨਾਲ ਜਾਈਦਾ ਹੁੰਦਾ ਪੁੱਤ ਆਹ ਕਰਦੇ ਬਾਹਰ ਜਾ ਕੇ ਉਹ ਦੂਆ ਵੀ ਚੱਲ ਤੂੰ ਵੀ ਚੱਲਾਂ ਨਾਲ ਆ ਜਾ ਆਪਾਂ ਇੱਥੇ ਰਹਿੰਦੇ ਕੋਈ ਨਹੀਂ। ਦੂਜੇ ਪਾਸਿਓਂ ਇਹ ਹੈਗਾ ਵੀ ਕੱਲ੍ਹ ਜਾਂ ਪਰਸੋਂ ਨੂੰ ਪੈਣਾ ਹੈ ਜੀ ਲੈਂਟਰ, ਸੋ ਸਮਾਨ ਵੀ ਲੈ ਕੇ ਆਉਣਾ ਆ, ਸਮਿੰਟ ਦੇ ਬੋਰੇ ਪਲੱਸ ਮਿਸਤਰੀ ਵੀ ਮੰਗਦੇ ਆ ਜੀ ਪੈਸੇ, ਪੈਸੇ ਦੀ ਬੜੀ ਲੋੜ ਆ, ਹਰ ਪਾਸੇ ਪੈਸੇ ਪੈਸੇ ਹੋਈ ਪਈ ਆ। ਅਤੇ ਆਪਾਂ ਹੁਣ ਸੋਚਿਆ ਸੀਗਾ ਵੀ ਅੱਜ ਪੈਸੇ ਲੈ ਚੱਲੀਏ ਪਰ ਚੈੱਕ ਬੁੱਕ ਭੁੱਲ ਗਏ ਆ ਜੀ ਘਰ, ਦੁਸਹਿਰੇ ਕਰਕੇ ਦੋ ਦਿਨ ਬੈਂਕ ਦੇ ਵਿੱਚ ਛੁੱਟੀ ਸੀਗੀ। ਹੁਣ ਆਪਾਂ ਇੱਥੇ ਏਟੀਐਮ ਦੇ ਵਿੱਚੋਂ ਥੋੜ੍ਹੇ ਬਹੁਤੇ ਲੈਣੇ ਅਤੇ ਆਪਣਾ ਡੰਗ ਸਾਰਾਂਗੇ। ਪੈਸੇ ਲੈਣ ਖੜਾ ਦੇਖੋ ਮੂਹਰੇ ਪ੍ਰਸ਼ਾਦ ਮਿਲਦਾ ਇੱਥੇ ਇਹ ਕੀ ਹੁੰਦਾ ਪ੍ਰਸ਼ਾਦ ਲੈਣਾ ਸੁੱਟ ਨਾ ਨਹੀਂ ਇਹੀ ਆਪਣੇ ਕੋਲ ਕਿੰਨੇ ਪੈਸੇ ਹੋ ਗਏ ਅੱਜ ਤੇਰੇ ਕੋਲ ਅੱਜ ਤੂੰ ਰਿਚ ਆ ਨਾ ਕਿੰਨਾ ਰਿਚ ਆ ਕਹਿੰਦਾ ਅੱਜ ਮੈਂ ਬਹੁਤ ਜ਼ਿਆਦਾ ਰੇਚਿਆ ਕਹਿੰਦਾ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਅੰਦਰ ਇੱਦਾਂ ਇੱਦਾਂ ਕਰਕੇ ਨਾ ਉੱਤੇ ਮੰਮਾ ਕੈਮਰੇ ਲੱਗੇ ਹੋਇਆ ਸਾਰੇ ਬੈਂਕ ਵਾਲੇ ਦੇਖਦੇ ਹੋਣੇ ਪਤਾ ਤੈਨੂੰ ਕੰਪਲੇਂਟ ਹੋ ਸਕਦੀ ਤੇਰੀ ਪੁਲਿਸ ਦੇ ਵਿੱਚ ਪੈਸੇ ਲੈ ਲਏ ਜੀ ਹੁਣ ਆਪਾਂ ਜਾਣਾ ਆ ਬੈਂਕ ਏਟੀਐਮ ਦੇ ਵਿੱਚੋਂ ਜਿੰਨੀ ਕੁ ਸਮਰੱਥਾ ਸੀਗੀ ਏਟੀਐਮ ਨੇ ਦੇ ਦਿੱਤੇ ਅਤੇ ਹੁਣ ਆਪਾਂ ਬੈਂਕ ਜਾ ਕੇ ਪਿਤਾ ਜੀ ਨੂੰ ਚੱਕਾਂਗੇ ਪੈਸਿਆਂ ਸਮੇਤ
ਸਾਰੇ ਜਾਣੇ ਆ ਗਏ ਤੇ ਪਿਤਾ ਜੀ ਆਪਣੇ ਕਲਾਸ ਫੈਲੋ ਦੇ ਨਾਲ ਗੱਲਾਂ ਮਾਰਦੇ ਅੰਦਰ ਰਹਿ ਗਏ ਪਿੱਛੇ ਆਹ ਪਿਤਾ ਜੀ ਉਹਨਾਂ ਦੇ ਕਲਾਸ ਫੈਲੋ ਅੰਕਲ ਜੀ ਮੈਨੂੰ ਮਿਲਾਇਆ ਪਿਤਾ ਜੀ ਨੇ ਆਹ ਦੇਖੋ ਦੇਖੋ ਬਾਏ ਬਾਏ ਕਰਦੇ ਚੰਗਾ ਫਿਰ ਮਿੱਤਰਾ ਫਿਰ ਮਿਲਾਂਗੇ ਕਹਿੰਦੇ ਘਰ ਜਾਣ ਤੋਂ ਪਹਿਲਾਂ ਇੱਕ ਵਾਰ ਜੂਸ ਪੀ ਰਿਹਾ ਮਿੱਠੀ ਪੀਂਦੀ ਆ ਮੈਨੇ ਪਹਿਲੀ ਵਾਰ ਪੀਤਾ ਨਾ ਜੂਸ ਏਦਾਂ ਪਹਿਲੀ ਵਾਰ ਪੀਤਾ ਪਹਿਲੀ ਵਾਰ ਪੀਤਾ ਘਰ ਤਾਂ ਸਵਾਦ ਆ ਮਾਸੀ ਤੇ ਪਹਿਲਾਂ ਨਹੀਂ ਮਿੰਦੇ ਦੇ ਮਾੜਾ ਜਿਹਾ ਥੋੜਾ ਜਿਹਾ ਦੇ ਦੇ ਥੋੜਾ ਜਿਹਾ ਦੇ ਦਿਓ ਉਜਲ ਸਿੰਘ ਆ ਦਿਓ ਮਾੜਾ ਜਿਹਾ ਅੱਛਾ ਬਨਾਨਾ ਸ਼ੇਕ ਮੰਗਦੀ ਆਪਣਾ ਪੂਰਾ ਗਲਾਸ ਪੀ ਲੈ ਦਿਖਾ ਆ ਦੇ ਚੁਣਾ ਮੰਗਦੀ ਹੈ ਵਿਆਹ ਦੇ ਦਿਓ ਆ ਵੀ ਲੈਣੀ ਆ ਜਵੈਣ ਵਾਲੀ ਰੰਗ ਬਣ ਲੈ ਲੈਣੀ ਪਹਿਲਾਂ ਚੱਕੀ ਕਿਉਂ ਸੀ ਪਹਿਲਾਂ ਚੱਕ ਲਈ ਹੁਣ ਕਹਿੰਦਾ ਫੜ ਲਓ ਕਹਿੰਦਾ ਕੋਈ ਰੰਗ ਡੇਂਜਰਸ ਨਹੀਂ ਹੁੰਦਾ ਹੈਗਾ ਆਨ ਟੇਸਟੀ ਹੁੰਦਾ ਵਾਲਾ ਉੱਪਰ ਵਾਲਾ ਇਹ ਠੀਕ ਹੈ ਗਰੋਸਰੀ ਕੀ ਲੈਣਾ ਚਾਹੁੰਦੀ ਚੁੱਪ ਕਰਕੇ ਏਦਾਂ ਤੁਰ ਪਾ ਹੁਣ ਅੱਗੇ ਨੂੰ ਮੈਨੂੰ ਕਹਿ ਕੇ ਦੱਸ ਮੈਨੂੰ ਬੋਲ ਕੇ ਦੱਸ ਕੀ ਲੈਣਾ ਸੀ ਦੱਸ ਹੱਥ ਲਾ ਕੇ ਦੱਸ ਆਹ ਮੰਗਦਾ ਏ ਲੈਣਾ ਸੱਚੀ ਦੱਸ ਚੀਜ਼ੀ ਲੈਣੀ ਚੱਲ ਲੈ ਲਓ ਕਰ ਇਹਦੇ ਵਿੱਚ ਤਾਂ ਮੈਦਾ ਹੀ ਹੋਣਾ ਇਹਨਾਂ ਨੂੰ ਦੇਖ ਕੇ ਜੀ ਲਲਚਾ ਰਿਹਾ ਲਲਚਾ ਰਿਹਾ ਮੈਂ ਤਾਂ ਖਾ ਸਕਦਾ ਤੂੰ ਵਿੱਚ ਰੱਖ ਮੈਂ ਤਾਂ ਖਾ ਸਕਦਾ ਮੇਰੇ ਵੱਲ ਦੇਖ ਕੇ ਵੀ ਲੈਣ ਲੱਗੀ ਲਾਲਚ ਘੱਟ ਕਰੀਦਾ ਹੁੰਦਾ ਆਪਣਾ ਜਿਹੜਾ ਖਰੀਦਿਆ ਉਹ ਲਓ ਹੁਣੇ ਖਾਓ ਉਹ ਆਪਣਾ ਕਹਿੰਦੀ ਗੱਡੀ ਦੇ ਵਿੱਚ ਬਹਿ ਕੇ ਖਾਓਗੇ ਉਹ ਦੇਖੋ ਰੂਣ ਲੱਗ ਪਿਆ ਰੂਣ ਲੱਗ ਪਿਆ ਕੀ ਹੋਇਆ ਮੈਂ ਤੈਨੂੰ ਦੱਸ ਜਾਣਾ ਨੀ ਦੇਖ ਸਾਰੇ ਜਾਣੇ ਦੇਖਦੇ ਤੈਨੂੰ ਸਾਰੇ ਜਾਣੇ ਦੇਖਦੇ ਕਾਕੀ 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 ਕਹਿੰਦਾ ਘਰ ਨੂੰ ਨੀ ਜਾਣਾ ਰੋਂਦਾ ਕਿਉਂ ਸੀ ਰੋਂਦਾ ਕੋ ਸੀ ਰੋਂਦਾ ਕੋ ਸੀ ਇਹਨੂੰ ਨਾ ਆਪਣੀ ਚੀਜ਼ੀ ਨਾਲ ਲੈਣਾ ਦੇਣਾ ਆ ਆ ਲੈਣਾ ਸੀਗਾ ਪਹਿਲਾਂ ਮੈਨੂੰ ਦਿਖਾ ਪਹਿਲਾਂ ਦਿਖਾ ਉਹ ਦਿਖਾ ਦਮਾ ਬਲੌਗ ਦੇ ਵਿੱਚ ਉਦੇ ਸਿੰਘ ਨੇ ਕੀ ਲਿਆ ਸੀ ਉਜਲ ਸਿੰਘ ਨੇ ਲਿਆ ਕਿੰਡਰ ਤੂੰ ਕੀ ਲਿਆ ਕਿੰਡਰ ਜੋ ਹੈ ਪਹਿਲਾਂ ਦੱਸ ਕੀ ਲਿਆ ਸੀ ਕਿੰਡਰ ਰੋਣ ਲੱਗ ਪਿਆ ਹਾ ਉੱਥੇ ਬਹਿ ਗਿਆ ਜਦੋਂ ਮੈਂ ਬਿਲਿੰਗ ਕਰਾਉਂਦਾ ਸੀ ਉੱਥੇ ਬਹਿ ਗਿਆ ਦਰਵਾਜੇ ਦੇ ਮੂਹਰੇ ਕਿ ਮੈਂ ਨਹੀਂ ਜਾਣਾ ਜਦੋਂ ਮੈਂ ਖਾਂਦਾ ਸੀ ਅੰਦਰ ਤੇ ਉਦੋਂ ਮੈਡਮ ਹੁਣੀ ਆ ਕੇ ਕੋਲ ਨਾ ਬੜਾ ਸੋਹਣਾ ਮੂੰਹ ਜਿਹਾ ਚੱਕ ਕੇ ਖੜ ਗਏ ਵੀ ਮੈਨੂੰ ਦੇ ਦੇ ਕਿਹਾ ਸੀ ਨਾ ਮੇਰੀ ਮੈਂ ਨਹੀਂ ਲੈਣਾ ਮੇਰੀ ਵਾਰ ਨੂੰ ਪੁੱਛਿਆ ਵੀ ਨਹੀਂ ਵੀ ਮੈਨੂੰ ਯਾਰ ਗੱਡੀ ਦੇ ਵਿੱਚ ਨਾ ਮਰੀ ਦੇਖੀ ਭਰਾ ਬਹੁਤ ਬਹੁਤ ਜ਼ਿਆਦਾ ਤੇਜ਼ ਹੈ ਬਈ ਇਹ ਜਦੋਂ ਮੈਂ ਖਾਂਦਾ ਸੀ ਮੈਨੂੰ ਦੇ ਦੇ ਮੈਨੂੰ ਇੱਕ ਵਾਈਟ ਦੇ ਦੇ ਫਿਰ ਜੂਸ ਪੀਤਾ ਜੂਸ ਦੇ ਵਿੱਚੋਂ ਵੀ ਸਾਰਾ ਅੱਧਾ ਗਲਾਸ ਨਾਲੋਂ ਵੱਧ ਹੀ ਪੀ ਕੇ ਆਈ ਹੈ ਮੇਰਾ ਉੱਥੋਂ ਫਿਰ ਹੁਣ ਪਿੱਛੇ ਬਹਿ ਕੇ ਖਾਣ ਲੱਗ ਪਈ ਦੇਖੀ ਤੈਨੂੰ ਟੱਟੀਆਂ ਲੱਗਣੀਆਂ ਪਚਣਾ ਨਹੀਂ ਤੈਨੂੰ ਇਹ ਬਿਸਕੁਟ ਬਣਵਾਏ ਸੀ ਅੱਜ ਭੱਠੀ ਚੱਲਦੀ ਪਈ ਹੈ ਉਹ ਸਾਡੇ ਬਣ ਗਏ ਭਾਅ ਜੀ ਕਿ ਬਣਦੇ ਪਏ ਤੁਹਾਡੇ ਆਹ ਅੱਛਾ ਆਹ ਵਾਲੇ ਸਾਡੇ ਹੈ ਨਾ ਕੁੱਕਰ ਵਾਲੇ ਲੈ ਵੀ ਇੱਦਾਂ ਬਣਦੇ ਬਿਸਕੁਟ ਦੇਖ ਲਓ ਆਹ ਸੱਕਰ ਵਾਲੇ ਆ ਨਾ ਜਿਹੜੇ ਆਪਣੇ ਇਹ ਹੈ ਜੀ ਆਪਣੇ ਬਿਸਕੁਟ ਸੱਕਰ ਵਾਲੇ ਬਿਸਕੁਟ ਖੋਲਣਾ ਹੈ ਤੋ ਯੂਐਸਏ ਵਾਂਗੂ ਯੂਐਸਏ ਵਾਂਗੂ ਖੋਲ ਕੇ ਦਿਖਾਓ ਫੇਰ ਹਾਏ ਇਹ ਚੋਂ ਕੁਝ ਨਿਕਲਦਾ ਵੀ ਹੁੰਦਾ ਹਾਂਜੀ ਨਿਕਲਦਾ ਬਹੁਤ ਜ਼ਿਆਦਾ ਕੁਝ ਨਿਕਲਦਾ ਬਹੁਤ ਜ਼ਿਆਦਾ ਕੁਝ ਨਿਕਲਦਾ ਗਦਾ ਇਹ ਤੋਂ ਨਹੀਂ ਖੋਲਦਾ ਬਈ ਖੋਲੋ ਖੋਲੋ ਸ਼ਾਬਾਸ਼ ਆ ਚਮਚਾ ਚਾਕਲੇਟ ਖਾਣ ਲੈ ਕੀ ਹੁੰਦਾ ਮੈਂ ਨਹੀਂ ਖਾਦਾ ਯਾਰ ਕਦੀ ਇਹ ਮੈਨੂੰ ਵੀ ਦੇਊਗਾ ਉਹੀ ਬਿਸਕਿਟ ਹੁੰਦੇ ਹੋਰ ਕੀ ਹੁੰਦਾ ਤੂੰ ਨਾ ਚੁੱਪ ਰਹਿ ਮੈਂ ਤੈਨੂੰ ਦੱਸਦੀ ਗੱਲ ਬੁਲਾ ਨਾ ਮੈਨੂੰ ਮੈਂ ਦੱਸ ਹਾਂ ਕਾਕੇ ਦੇ ਖੋਲ ਲੈ ਪੁੱਤ ਨਹੀਂ ਉਹਨੂੰ ਖੋਲਣ ਦੇ ਪਰ ਜ਼ੋਰ ਲਾ ਖੋਲ ਜ਼ੋਰ ਲਾ ਕੇ ਜ਼ੋਰ 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 ਲਗਾ ਕੇ ਹਈਸ਼ਾ ਜ਼ੋਰ ਲਗਾ ਕੇ ਹਈ ਦੇਖੀ ਕਸ਼ਹਿਰਾ ਤਾਂ ਨਹੀਂ ਲਿਪੜ ਗਿਆ ਥੱਲੇ ਜ਼ੋਰ ਲਗਾ ਕੇ
मैं भूख लगी आ मेनू भूख लगी मैं नी का नहीं खाते मैं खाना मैं खाना मैं उज्जल सिंह उज्जल सिंह मैं भूख लगी मैं लगो खान चल ना मेरी होर सुन ला हेलो तोड़ दिता साइकल हिलती